गुरमुख कोई बिरला बूझे गुरमुख कोई बिरला جسنو نظر کرے جسنو نظر کرے گربن داتا نظر کرے بخشے نظر کرے گر ملیا شانت اپجے آن دن نا
ਕਰਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਇਹ ਗੱਲ ਕਹਿ ਰਿਹਾ। ਗੁਰੂ ਸਭ ਨੂੰ ਰਜਾ ਦਿੰਦਾ ਜੀ, ਇੰਨੀਆਂ ਦਾਤਾਂ ਦਿੰਦਾ ਜੀ, ਪਰ ਅਕਸਰ ਨਾ ਜੀਵ ਨਾ ਗਲਤੀ ਕਰ ਜਾਂਦਾ ਜਦੋਂ ਦਾਤਾਂ ਮੰਗਦੇ।
ਦਾਤ ਪਿਆਰੀ ਵਿਸਰਿਆ ਪਤਾ ਜਦੋਂ ਦਾਤ ਮਿਲਦੀ ਹੈ ਦਾਤ ਨਾਲ ਇੰਨਾ ਚਿੰਬੜ ਜਾਂਦਾ ਅੰਦਰ ਇੰਨਾ ਉਹਦਾ ਰੁੱਝ ਜਾਂਦਾ ਉਹ ਦਾਤ ਤੱਕ ਹੀ ਸੀਮਤ ਰਹਿ ਜਾਂਦਾ ਦਾਤ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਜਿਸ ਦਾਤੇ ਤੋਂ ਇਹ ਦਾਤ ਆਈ ਹੈ ਉਸ ਦਾਤੇ ਨੂੰ ਵਿਸਾਰ ਪੈਂਦਾ ਤੇ ਫਿਰ ਨਾ ਦੇਖੋ ਪਾਤਸ਼ਾਹ ਦੀਆਂ ਕਈ ਬਾਣੀ ਦੀਆਂ ਪੰਕਤੀਆਂ ਨੇ ਦਿਲ ਨੂੰ ਟੁੰਬਦੀਆਂ ਹਨ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਹ ਦੇਖੋ ਫਿਰ ਇੱਕ ਪੰਕਤੀ ਆਉਂਦੀ ਹੈ ਖਿਨ ਮੈਂ ਕੌੜੇ ਹੋਏ ਗਏ ਕਿੱਤੜੇ ਮਾਇਆ ਕੋਲ ਕੌੜੇ ਕਦੋਂ ਹੋ ਜਾਂਦੇ ਨੇ ਦਾਤ ਤੇ ਕੋਈ ਪਿਓ ਚਾਹੁੰਦਾ ਕੋਈ ਭਲਾ ਵੀ ਮੇਰਾ ਪੁੱਤਰ ਦੁਖੀ ਹੋਵੇ ਕਿਸੇ ਗੱਲ ਲਈ ਕੋਈ ਪਿਓ ਨਹੀਂ ਚਾਹੁੰਦਾ ਭੈਣ ਜੀ ਹੋਰਾਂ ਨੇ ਸ਼ਬਦ ਪੜਿਆ ਸੀ ਤੂੰ ਸਾਂਝਾ ਸਾਹਿਬ ਬਾਪ ਅਮਰ ਪਿਓ ਸਾਡਾ ਕੌਣ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਡੇ ਪਿਤਾ ਨੇ ਇਹ ਕਦੇ ਨਹੀਂ ਚਾਹਣਗੇ ਕਿ ਜਿਹੜਾ ਮੈਨੂੰ ਆ ਕੇ ਇੱਥੇ ਨਮਸਕਾਰ ਕਰ ਰਿਹਾ ਜਿਹੜਾ ਮੈਨੂੰ ਹਿਰਦੇ ਤੋਂ ਪਿਓ ਮੰਨ ਬੈਠਿਆ ਇਹਨੂੰ ਕੋਈ ਵੀ ਦੁੱਖ ਆਵੇ ਸੰਸਾਰਕ ਪੱਖ ਤੋਂ ਵੀ ਤੇ ਨਿਰਨਕਾਰ ਦੇ ਪੱਖ ਤੋਂ ਕਦੇ ਨਹੀਂ ਚਾਹੀਦਾ ਪਰ ਕਮੀ ਕਿੱਥੇ ਰਹਿ ਜਾਂਦੀ ਹੈ ਗਲਤੀ ਕਿੱਥੇ ਹੁੰਦੀ ਹੈ ਸਾਡੇ ਕੋਲੋਂ ਕਿ ਅਸੀਂ ਦਾਤ ਨੂੰ ਹੀ ਸਭ ਕੁਝ ਮੰਨ ਕੇ ਬਹਿ ਦਾਤਾਰ ਨੂੰ ਸਾਧੂ ਜਿਸ ਦਾਤੇ ਕੋਲੋਂ ਇੰਨੀਆਂ ਇੰਨੀਆਂ ਦਾਤਾਂ ਲਈਆਂ ਹੁੰਦੀਆਂ ਦਾਤਾਂ ਮਾਣੀਆਂ ਵੀ ਹੁੰਦੀਆਂ ਅਸੀਂ ਉਸ ਦਾਤੇ ਨੂੰ ਨਾ ਬਸ ਆ ਗਲੇ ਤੱਕ ਰੱਖ ਲੈਂਦੇ ਹਾਂ ਫਿਰ ਗਲੇ ਤੱਕ ਵੀ ਮੈਂ ਕਹਾਂ ਸ਼ਾਇਦ ਘੱਟ ਹੀ ਆ ਇਦੋਂ ਵੀ ਅੱਗੇ ਹੀ ਰਹਿਣ ਦਿੰਦੇ ਹਾਂ ਜੀਵ ਤੱਕ ਹੀ ਰਹਿਣ ਕਿੱਦਾਂ ਹੁੰਦਾ ਬਾਈ ਜਿਵੇਂ ਹੁਣ ਮੇਰੇ ਵੀਰ ਹੋਰਾਂ ਨੂੰ ਸਤਿਗੁਰਾਂ ਨੇ ਸੋਹਣੇ ਮਹਿਲ ਬਖਸ਼ੇ ਸੋਹਣੇ ਮੰਦਰ ਬਖਸ਼ੇ ਨੇ ਸਰਦਾਰ ਤਰਲੋਕ ਸਿੰਘ ਜੀ ਭੈਣ ਜੀ ਦਿਖਤਾ ਭੈਣ ਜੀ ਦੇਖੋ ਮੰਦਰ ਸੋਹਣੇ ਬਖਸ਼ੇ ਅਸੀਂ ਅਕਸਰ ਨਾ ਜਦੋਂ ਇਹ ਦਾਤਾਂ ਮਿਲਦੀਆਂ ਨੇ ਮੈਂ ਬਾਰ ਬਾਰ ਇਸ ਗੱਲ ਤੇ ਸਟ੍ਰੈਸ ਕਿਉਂ ਕਰ ਰਿਹਾ ਮੈਂ ਅੰਦਰ ਵੜਦਿਆਂ ਸਰ ਭਾਈ ਸਾਹਿਬ ਹੋਰਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਕੋਈ ਆਉਂਦਾ ਆਈ ਜਾਵੇ ਕੋਈ ਆਉਂਦਾ ਆਈ ਜਾਵੇ ਤੁਹਾਡਾ ਇਹ ਜ਼ਰੂਰੀ ਨਹੀਂ ਕਿ ਜਿਹੜਾ ਤੁਸੀਂ ਸੱਦੇ ਤੇ ਬੁਲਾਇਆ ਉਹ ਤੁਸੀਂ ਉਹਨੂੰ ਅਟੈਂਡ ਕਰਨਾ ਤੁਸੀਂ ਅੱਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੇ ਸੁੰਦਰ ਗ੍ਰਹਿ ਵਿਖੇ ਉਹਨਾਂ ਦੇ ਚਰਨ ਨੂੰ ਲੈ ਕੇ ਆਏ ਹੋ ਤੁਹਾਡਾ ਸਭ ਤੋਂ ਪਹਿਲਾ ਫਰਜ ਬਣਦਾ ਉਹਨਾਂ ਦੇ ਚਰਨ ਪਰਸੋਂ ਇਹ ਸੰਸਾਰ ਦੀਆਂ ਗੱਲਾਂ ਚੱਲਦੀਆਂ ਰਹਿਣੀਆਂ ਕੋਈ ਆਇਆ ਕੋਈ ਚਲਾ ਗਿਆ ਕੋਈ ਗੱਲ ਨਹੀਂ ਜਿਹੜਾ ਆਇਆ ਉਹਦਾ ਧੰਨਵਾਦ ਆਪਣੇ ਪਿੱਛੇ ਆਇਆ ਗੁਰੂ ਦੀ ਬਾਣੀ ਦਾ ਆਨੰਦ ਲੈਣ ਆਇਆ ਤਾਂ ਤੁਸੀਂ ਅੱਜ ਨਾ ਵਾਜੇ ਲੈ ਕੇ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਹਿਰਦੇ ਤੋਂ ਪਰਸੋ ਕਿ ਸੱਚੇ ਪਾਤਸ਼ਾਹ ਅੱਗੇ ਇੱਕੋ ਹੀ ਗੱਲ ਮੰਗਣੀ ਹੈ ਦਾਤਿਆ ਤੂੰ ਦਾਤਾਂ ਦੇ ਰਿਹਾ ਇਹ ਦਾਤਾਂ ਤੇਰੀਆਂ ਗੁਜਰਾਨ ਹੋ ਸਕਦੀਆਂ ਨੇ ਸ਼ੁਕਰਾਨਾ ਤੇਰਾ ਤੂੰ ਸਾਡੀ ਪੱਤ ਢੱਕਦਾ ਸਾਡੇ ਪਰਦੇ ਕੱਟਦਾ ਪਰ ਤੇਰੇ ਚਰਨਾਂ ਦੇ ਅੱਗੇ ਦੋਨੋਂ ਹੱਥ ਜੋੜ ਕੇ ਝੋਲੀ ਅੱਟ ਕੇ ਅਰਦਾਸ ਹੈ ਸੱਚੇ ਪਾਤਸ਼ਾਹ ਬਸ ਤੂੰ ਨਾ ਵਿਸਰੀ ਤੇਰਾ ਸ਼ੁਕਰਾਨਾ ਇੱਕ ਇੱਕ ਰੋਮ ਤੋਂ ਕੇਵਲ ਅੱਜ ਦੇ ਦਿਨ ਹੀ ਨਹੀਂ ਅੱਜ ਦੇ ਦਿਨ ਹੀ ਨਹੀਂ ਅਸੀਂ ਸ਼ੁਕਰਾਨਾ ਕਹਿੰਦੇ ਹਾਂ ਸ਼ੁਕਰਾਨਾ ਸਮਾਗਮ ਰੱਖਿਆ ਅਸੀਂ ਕਹਿੰਦੇ ਹਾਂ ਤੇ ਕੀ ਕਰਦੇ ਮੈਂ ਕਿਉਂ ਕਿਹਾ ਜੀਵ ਤੱਕ ਹੈ ਮੈਂ ਜੀਵ ਤੱਕ ਕਿਉਂ ਲਫ਼ਜ਼ ਵਰਤਿਆ ਮੈਂ ਇਸ ਕਰਕੇ ਇਹ ਲਫ਼ਜ਼ ਜੀਵ ਤੱਕ ਵਰਤਿਆ ਸ਼ੁਕਰਾਨੇ ਵਾਲੇ ਦਿਨ ਅਸੀਂ ਬਸ ਸ਼ੁਕਰਾਨੇ ਵਿੱਚ ਹੁੰਦੇ ਹਾਂ ਜਿੰਨੀ ਦੇਰ ਤੱਕ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਆਏ ਬੈਠੇ ਅਸੀਂ ਸ਼ੁਕਰ ਮਨਾਇਆ ਕੁਛ ਪਲਾਂ ਬਾਅਦ ਹੀ ਫਿਰ ਡੀਜੇ ਵੱਜਦਾ ਤੇ ਫਿਰ ਅਸੀਂ ਭੁੱਲ ਜਾਂਦੇ ਹਾਂ ਗੁਰੂ ਨਾਨਕ ਦੇ ਸਿਧਾਂਤ ਹੁੰਦਾ ਤੇ ਇੱਦਾਂ ਹੀ ਹੁੰਦਾ ਇੱਦਾਂ ਹੀ ਹੁੰਦਾ ਨਾ ਅਸੀਂ ਫਿਰ ਉਹਨਾਂ ਗੰਦੇ ਗਾਣਿਆਂ ਦੇ ਉੱਤੇ ਥਿਰਕਦੇ ਹਾਂ ਫਿਰ ਸਾਡਾ ਮਨ ਵੀ ਥਿਰਕਦਾ ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਭੁਲਾ ਪੈਂਦੇ ਮੈਂ ਕਹਿ ਦੇਣ ਤੁਹਾਨੂੰ ਜਿਸ ਵਾਹਿਗੁਰੂ ਕੋਲੋਂ ਦਾਤਾਂ ਲਿੱਤੀਆਂ ਨੇ ਜੇ ਚਾਹੁੰਦੇ ਉਹਨਾਂ ਕੌੜੇ ਨਾ ਹੋਣ ਦਾਤਾਂ ਤੇ ਸਾਨੂੰ ਸਾਰਿਆਂ ਨੂੰ ਮਿਲੀਆਂ ਨੇ ਨਾ ਇਕੱਲਾ ਇਹ ਥੋੜੀ ਵੀ ਅੱਜ ਇਹ ਗੁਰਸਿੱਖ ਪਰਿਵਾਰ ਅੱਜ ਚਲੋ ਮੰਨ ਲਿਆ ਸ਼ੁਕਰਾਨਾ ਕਰ ਰਹੇ ਪਰ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਨੇ ਦਾਤਾਂ ਦਿੱਤੀਆਂ ਨੇ ਦਾਤਾਂ ਆਪਣੇ ਆਪਣੇ ਅੰਦਰ ਝਾਤੀ ਮਾਰੀ ਅਸੀਂ ਸ਼ੁਕਰਾਨਾ ਕਰਨ ਲੱਗਾਂਗੇ ਨਾ ਇੱਕ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਹੈ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦੇਹ ਰੱਖਿਆ ਇਹ ਸ਼ਬਦ ਨੋਟ ਕਰੋ ਸਾਰੇ ਆਪਣੇ ਆਪਣੇ ਮੋਬਾਈਲਾਂ ਦੇ ਉੱਤੇ ਨੇ ਜਿਹਨਾਂ ਕੋਲ ਗੁਰਬਾਣੀ ਦੇ ਸੋਫਟਵੇਅਰ ਨੇ ਉਹ ਆਪਣੇ ਮੋਬਾਈਲ ਦੇ ਉੱਤੇ ਸ਼ਬਦ ਕਰਕੇ ਨੋਟ ਕਰ ਲਓ ਇਹਨੂੰ ਘਰ ਜਾ ਕੇ ਨਾ ਅਰਥਾਂ ਸਮੇਤ ਵਿਚਾਰਿਓ ਆਪਣੇ ਅੰਤਾਂ ਕਰਨ ਵਿੱਚ ਜੇ ਸ਼ੁਕਰਾਨਾ ਕਰਨਾ ਹੋਵੇ ਨਾ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਕਰਨੇ ਵਾਲੇ ਇੱਕ ਬੜੀ ਖੂਬਸੂਰਤ ਗੱਲ ਕਿਹਾ ਕਰਦੇ ਸੀ ਉਹ ਕਹਿੰਦੇ ਹੁੰਦੇ ਸੀ ਤੂੰ ਸ਼ੁਕਰਾਨਾ ਕੇਵਲ ਇਹ ਨਹੀਂ ਵੀ ਅੱਜ ਤੈਨੂੰ ਵਾਹਿਗੁਰੂ ਨੇ ਸੋਹਣਾ ਮਹਿਲ ਬਖਸ਼ਿਆ ਤੇ ਤੂੰ ਸ਼ੁਕਰਾਨਾ ਕਰ ਰਿਹਾ ਮੁੜ ਕੇ ਤੂੰ ਵਿਸਾਰ ਦੇਣਾ ਨਹੀਂ
ਸ਼ੁਕਰਾਨਾ ਜਦੋਂ ਤੂੰ ਦਾਤਾਂ ਗਿਣਨ ਲੱਗੇਗਾ ਗਿਣੀ ਕਿੰਨੀਆਂ ਦਾਤਾਂ ਤੈਨੂੰ ਦਿੱਤੀਆਂ ਨੇ। ਪਹਿਲੀ ਦਾਤ ਤੈਨੂੰ ਇਹ ਪੰਜ ਭੂਤਕ ਸਰੀਰ ਬਖਸ਼ਿਆ ਹੈ। 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਜੂਨਾਂ ਦੇ ਵਿੱਚ ਨਾ ਮੈਂ ਜ਼ਿਕਰ ਕਰਦੇ ਹਾਂ ਗੰਦਗੀ ਦੇ ਕੀੜੇ ਵੀ ਜੇ ਅਸੀਂ ਉਹ ਵੀ ਜੂਨ ਭੋਗ ਕੇ ਆਏ ਹਾਂ। ਅਸੀਂ ਗੰਦਗੀ ਤੋਂ ਬੜੀ ਨਫ਼ਰਤ ਕਰਦੇ ਹਾਂ ਨਾ, ਵਿਸ਼ਤਾ ਦੇ ਕੀੜੇ ਗੁਰਬਾਣੀ ਚ ਜ਼ਿਕਰ ਹੁੰਦਾ ਇਸ ਗੱਲ ਦਾ। ਜਿਹੜਾ ਅਸੀਂ ਵਿਸ਼ਤਾ ਕਰਦੇ ਹਾਂ ਨਾ, ਗੰਦਗੀ ਬਾਹਰ ਕੱਢਦੇ ਹਾਂ, ਉਹਦੇ ਵਿੱਚ ਵੀ ਕੀੜੇ ਨੇ, ਜੀਵ ਨੇ, ਉਹ ਵੀ ਇੱਕ ਜੂਨ ਜੇ ਉਹ ਵੀ ਅਸੀਂ ਭੋਗੀਏ। ਉਸ ਤੋਂ ਬਾਅਦ ਹੜੇ ਕੱਢ ਕੱਢ ਕੇ ਨਿਰਨਕਾਰ ਦੇ ਫਿਰ ਅਸੀਂ ਕਹਿ ਇੱਕ ਵਾਰੀ ਬੰਦਾ ਬਣਾ ਦੇ ਤੇਰਾ ਨਾ ਜਪਾਂਗੇ। ਭਾਈ ਪ੍ਰਾਪਤ ਮਾਨੁਖ ਦੇ ਹੋਗਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਨਾਮ ਜਪਣ ਲਈ ਸਿਰਫ ਮਿਲੀ ਸੀ ਪਰ ਅਸੀਂ ਨਾਮ ਨੂੰ ਭੁੱਲ ਗਏ ਤੇ ਬਸ ਆ ਦੁਨੀਆਂ ਦੀਆਂ ਰੰਗੀਨੀਆਂ ਚ ਗੁੰਮ ਹੋ ਗਏ। ਅੱਜ ਇਸੇ ਕਰਕੇ ਸੰਸਾਰ ਵਿੱਚ ਦੁੱਖੇ, ਅੱਜ ਇਸੇ ਕਰਕੇ ਸਾਡੇ ਘਰਾਂ ਵਿੱਚ ਕਲੇਸ਼ ਏ, ਅੱਜ ਇਹਨਾਂ ਗੱਲਾਂ ਕਰਕੇ ਅੱਜ ਸਾਡੇ ਘਰਾਂ ਦੇ ਵਿੱਚ ਰੋਗ ਨੇ। ਨਹੀਂ ਤੇ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਤੁਹਾਡੇ ਘਰ ਤੇ ਰੋਗ ਆਉਣੇ ਨਹੀਂ ਚਾਹੀਦੇ, ਦੁੱਖ ਆਉਣੇ ਨਹੀਂ ਚਾਹੀਦੇ, ਰੋਜ਼ ਪੜ੍ਹਦੇ ਪਿਓ ਤੁਸੀਂ, ਪਰ ਜੇ ਆ ਰਹੇ ਨੇ ਨਾ ਉਹਦਾ ਕਾਰਨ ਇੱਕੋ ਹੀ, ਨਾਮ ਨੂੰ ਵਿਸਾਰ ਦਿੱਤਾ, ਨਾਮ ਵਿਸਰ ਗਿਆ। ਮੈਂ ਸ਼ਬਦ ਦਾ ਜ਼ਿਕਰ ਕਰ ਰਿਹਾ ਸੀ, ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਬਿਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰਿਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਉੱਥੇ ਵੀ ਤੈਨੂੰ ਰੱਖਿਆ, ਉੱਥੇ ਵੀ ਤੈਨੂੰ ਅੰਨ ਪਾਣੀ ਦਿੱਤਾ ਏ, ਜੇ ਤੈਨੂੰ ਉੱਥੇ ਦੇ ਰਿਹਾ ਤੇ ਇੱਥੇ ਵੀ ਦੇਗਾ, ਚਿੰਤਾ ਨਾ ਕਰ। ਆਪਣੀ ਚਤੁਰਾਈ ਨਾਲ, ਸਿਆਣਪ ਨਾਲ ਤੂੰ ਕੁਝ ਨਹੀਂ ਹਾਸਲ ਕਰ ਸਕਦਾ, ਉਹਦੀ ਨਦਰ ਬਖਸ਼ਿਸ਼ ਨਾਲ ਤੂੰ ਬਹੁਤ ਕੁਝ ਹਾਸਲ ਕਰ ਸਕਦਾ ਹੈ। ਬਸ ਇੰਨੀ ਕੀ ਗੱਲ ਸਮਝਣੀ ਸੀ ਤੇ ਸ਼ੁਕਰਾਨਾ ਕੱਲਾ ਇਹ ਨਹੀਂ। ਹੁਣ ਜਿਨ ਦੀਏ ਤੁਧ ਬਾਪ ਮਹਤਾਰੀ, ਜਿਨ ਦੀਏ ਤੁਧ ਭਰਾਤ ਪੁੱਤ ਹਾਰੀ, ਧੀਆਂ ਪੁੱਤਰ ਦਿੱਤੇ, ਭੈਣ ਭਰਾ ਦਿੱਤੇ, ਮਾਤਾ ਪਿਤਾ ਦਿੱਤੇ, ਇੱਕ ਵੀ ਚੀਜ਼ ਘੱਟ ਹੁੰਦੀ ਤੁਸੀਂ ਆ ਸਕਦੇ ਇਸ ਸੰਸਾਰ ਵਿੱਚ, ਪਿਤਾ ਘੱਟ ਹੁੰਦਾ, ਮਾਤਾ ਘੱਟ ਹੁੰਦੀ, ਤੁਸੀਂ ਨਹੀਂ ਸੀ ਆ ਸਕਦੇ। ਜੇ ਭੈਣ ਭਰਾ ਨਾ ਹੁੰਦੇ ਤੁਹਾਡਾ ਦਿਲ ਨਹੀਂ ਸੀ ਲੱਗਣਾ, ਸਾਖ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਨਾ ਹੁੰਦੇ ਤੇ ਅੱਜ ਇਹ ਖੁਸ਼ੀ ਤੁਹਾਡੀ ਕਿਸਨੇ ਵੰਡਾਣੀ ਸੀ। ਇੱਕ ਇੱਕ ਦਾਤ ਨੂੰ ਗਿਣੋ, ਜਿਨ ਦੀਏ ਤੁਧ ਪਵਨ ਅਮੋਲਾ, ਜਿਨ ਦੀਏ ਤੁਧ ਨੀਰ ਨਿਰਮੋਲਾ, ਜਿਨ ਦੀਏ ਤੁਧ ਪਾਵਕ ਬਨਣਾ, ਮਨ ਤਿਸ ਠਾਕੁਰ ਕੀ ਰਹੋ ਮਨ। ਕੀ ਮੰਗਿਆ ਤੁਹਾਡੇ ਕੋਲੋਂ? ਬਿੱਤੂ ਨਿਮਰਤਾ, ਜਿਨ ਗਰੀਬੀ ਚ ਰਹਿ ਕੇ ਉਹਦੇ ਚਰਨ ਪਰਸਣਾ। ਪਵਨ ਦਿੱਤੀ, ਅੱਗ ਦਿੱਤੀ, ਫਿਰ ਕਿੰਨੀਆਂ ਦਾਤਾਂ ਹੋਰ ਨੇ ਅੱਗੇ ਤੁਸੀਂ ਸ਼ਬਦ ਪੜੋਗੇ ਨਾ ਤੁਹਾਡਾ ਅੰਦਰ ਟਿਕਾਚ ਆ ਜਾਏਗਾ ਵੀ ਮੈਨੂੰ ਵਾਹਿਗੁਰੂ ਨੇ ਬੜਾ ਕੁਝ ਦਿੱਤਾ। ਫਿਰ ਤੁਸੀਂ ਇਹ ਕਦੇ ਨੀ ਕਹੋਗੇ ਵੀ ਅੱਧਾ ਗਲਾਸ ਖਾਲੀ ਆ, ਤੁਸੀਂ ਕਹੋਗੇ ਨਹੀਂ ਅੱਧਾ ਭਰਿਆ। ਤੁਹਾਨੂੰ ਭਰਿਆ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਅਜੇ ਤੇ ਸਾਨੂੰ ਅੱਧਾ ਖਾਲੀ ਨਜ਼ਰ ਆਉਂਦਾ, ਅਜੇ ਤੇ ਸਾਡੇ ਕੋਲ ਸਿਰਫ ਤੇ ਸਿਰਫ ਉਲਾਂਭੇ ਨੇ, ਸ਼ੁਕਰਾਨਾ ਨਹੀਂ ਹੈ ਹਿਰਦੇ ਤੋਂ। ਜਿਸ ਦਿਨ ਹਿਰਦੇ ਤੋਂ ਸ਼ੁਕਰਾਨਾ ਬਣੇਗਾ ਫਿਰ ਅਸੀਂ ਕਹਿ ਸਕਾਂਗੇ ਕਿ ਅਸੀਂ ਅੱਜ ਗੁਰੂ ਦੇ ਚਰਨ ਪਰਸੇ ਨੇ, ਅੱਜ ਅਸੀਂ ਗੁਰੂ ਦੀ ਮਿੱਠੀ ਬਾਣੀ ਕੱਲੀ ਆ ਗਲੇ ਤੇ ਰਸਨਾ ਤੱਕ ਨਹੀਂ ਰੱਖੀ, ਹਿਰਦੇ ਚ ਲਾਇਆ ਗਏ ਹਾਂ। ਕੋਸ਼ਿਸ਼ ਕੀਤੀ ਹੈ ਥੋੜੀ ਜੀ, ਅੱਗੋਂ ਗੁਰੂ ਤਰਸ ਕਰੇਗਾ, ਹਿਰਦੇ ਵਿੱਚ ਗਈ ਬਾਣੀ ਨੂੰ ਪ੍ਰਫੁੱਲਿਤ ਕਰੇਗਾ, ਮੇਰੇ ਅੰਦਰ ਦੀ ਮੈਲ ਨੂੰ ਇਹ ਬਾਣੀ ਧੋਣ ਵਿੱਚ ਸਮਰੱਥ ਜੇ, ਕੱਟਣ ਵਿੱਚ ਸਮਰੱਥ ਜੇ। ਬਾਹਰ ਦੀ ਮੈਲ ਤੇ ਤੁਸੀਂ ਸਾਬਣ ਨਾਲ ਧੋ ਲੈਂਦੇ ਹੋ, ਹਿਰਦੇ ਦੀ ਮੈਲ ਕਿਹੜੇ ਸਾਬਣ ਨਾਲ ਧੋਣੀ ਜੇ? ਇਹਦੇ ਲਈ ਵਿਚਾਰੋ, ਹਿਰਦੇ ਚ ਬੜੀ ਮੈਲ ਜੇ, ਆ ਨੇਤਰਾਂ ਨਾਲ ਅਸੀਂ ਬੜੀ ਮੈਲ ਅੰਦਰ ਸਿੱਟ ਰਹੇ ਹਾਂ, ਆ ਕੰਨਾਂ ਨਾਲ ਵੀ ਅਸੀਂ ਬੜੀ ਮੈਲ ਅੰਦਰ ਸਿੱਟ ਰਹੇ ਹਾਂ, ਆ ਰਸਨਾ ਨਾਲ ਵੀ ਅਸੀਂ ਬੜੀ ਮੈਲ ਅੰਦਰ ਸਿੱਟ ਰਹੇ ਹਾਂ, ਅਸੀਂ ਅੰਦਰ ਗੰਦਗੀ ਦੇ ਢੇਰ ਲਾ ਲਏ ਨੇ, ਇੰਨੇ ਵਿਕਾਰ ਸਕਾਏ ਨੇ। ਆ ਬਾਹਰ ਗੰਦਗੀ ਹੋਵੇ ਅਸੀਂ ਫੱਟ ਦੇਣੇ ਮੂੰਹ ਤੇ ਰੁਮਾਲ ਰੱਖ ਕੇ ਲੰਘਦੇ ਹਾਂ ਕੋਲੋਂ। ਇਨਸਾਨ ਮਨੁੱਖ ਗੰਦਗੀ ਨਹੀਂ ਪਸੰਦ ਕਰਦਾ, ਬਸ ਇੱਕੋ ਹੀ ਪ੍ਰੋਬਲਮ ਹੈ ਮੇਰੇ ਵੀਰੋ, ਮੇਰੀਆਂ ਭੈਣਾਂ ਤੇ ਮਹਤਾਵੋ, ਇੱਕੋ ਹੀ ਪ੍ਰੋਬਲਮ ਹੈ ਕਿ ਆਹ ਜਿਹੜੀਆਂ ਡਲੈਟਾਂ ਵਾਹਿਗੁਰੂ ਨੇ ਦੋ ਦਿੱਤੀਆਂ ਸੀ ਅੱਖਾਂ, ਇਹ ਕੇਵਲ ਅਸੀਂ ਬਾਹਰ ਮੁਖੀ ਰੱਖ ਲਈਆਂ, ਔਗਣ ਦੂਜੇ ਦੇ ਦੇਖਣ ਲਈ ਰੱਖ ਰਹੀਆਂ, ਅੰਦਰ ਨਹੀਂ ਦੇਖਿਆ। ਕਿਤੇ ਅੰਦਰ ਅਸੀਂ ਇਹਨਾਂ ਅੱਖਾਂ ਨੂੰ ਉਤਾਰ ਲੈਂਦੇ, ਆਤਮ ਚਿੰਤਨ ਕਰਦੇ, ਮੈਂ ਆਪਣੇ ਅੰਦਰ ਦੇਖਾਂ ਮੇਰੇ ਕਿੱਥੇ ਕਿੱਥੇ ਮੈਲ ਪਈ ਇਹ, ਤੇ ਸ਼ਾਇਦ ਅੱਜ ਅਸੀਂ ਆਪਣੇ ਅੰਦਰ ਦੀ ਗੰਦਗੀ ਨੂੰ ਸਾਫ਼ ਕਰਨ ਦਾ ਕੋਈ ਉਪਰਾਲਾ ਤੇ ਯਤਨ ਜ਼ਰੂਰ ਕਰਦੇ। ਨਹੀਂ ਕੀਤਾ ਨਾ ਉਹਦਾ ਕਾਰਨ ਕੋਈ ਏ, ਅੰਦਰ ਦੇਖਿਆ ਹੀ ਨਹੀਂ, ਦੂਜੇ ਦੇ ਔਗਣ ਬਸ, ਉਹਨੇ ਮੇਰੀ ਸੱਸ ਨੇ ਹੱਥ ਕੀਤਾ, ਸੱਸ ਕਹਿੰਦੀ ਮੇਰੀ ਨੂੰਹ ਨੇ ਹੱਥ ਕੀਤਾ, ਬਸ ਦੂਜੇ ਦੇ ਔਗਣ। ਆਪਣੇ ਅੰਦਰ ਜੇ ਝਾਤੀ ਮਾਰ ਲੈਂਦੇ ਤੇ ਫਿਰ ਸੱਸ ਨੂੰ ਦਾ ਰਿਸ਼ਤਾ ਸ਼ਾਇਦ ਨਾ ਹੀ ਬਣਦਾ, ਮਾਂ ਤੇ ਧੀ ਦਾ ਹੀ ਬਣਦਾ। ਜਿਵੇਂ ਮਾਂ ਆਪਣੀ ਧੀ ਨੂੰ ਕੱਜ ਲੈਂਦੀ ਏ, ਜਿਵੇਂ ਧੀ ਆਪਣੀ ਮਾਂ ਨੂੰ ਕੱਜ ਲੈਂਦੀ ਏ, ਏਦਾਂ ਫਿਰ ਇੱਕ ਦੂਜੇ ਨੂੰ ਕੱਜਦੀਆਂ, ਬਸ ਫਿਰ ਸੁੱਖ ਹੀ ਸੁੱਖ ਸੀ, ਫਿਰ ਕਲੇਸ਼ ਹੋਣਾ ਹੀ ਨਹੀਂ ਸੀ, ਫਿਰ ਕਲਪਨਾ ਆਉਣੀ ਨਹੀਂ ਸੀ। ਜੇ ਕਲਪਨਾ ਨਾ ਆਉਂਦੀ
ਤੇ ਫਿਰ ਅੱਜ ਨੇ ਬੀਪੀ ਹੋਰ ਜਿੰਨੀ ਕੋਲੇਸਟ੍ਰੋਲ ਆ ਕਿੰਨੇ ਬਿਮਾਰੀਆਂ ਆ ਸਾਰੀ ਕਲਪਨਾ ਕਰਕੇ ਆ ਕਲਪਨਾ ਕਰਕੇ ਨੇ ਸਾਇੰਸ ਕਹਿੰਦੀ ਮੈਂ ਦੇਖ ਕੇ ਬਾਣੀ ਨੇ ਤਾਂ 550-750 ਸਾਲ ਪਹਿਲਾਂ ਕਹਿ ਦਿੱਤਾ ਭਲਿਓ ਸਾਇੰਸ ਤੇ ਹੁਣ ਆ ਕੇ ਕਹਿ ਰਹੀ ਏ ਪਰ ਮੈਂ ਕਹਿ ਦਿਆਂ ਸਾਨੂੰ ਗੁਰੂ ਤੇ ਭਰੋਸਾ ਘੱਟ ਹੈ ਇਹਨੂੰ ਵਧਾਉਣ ਲਈ ਨਾ ਬਾਣੀ ਕੇਵਲ ਤੇ ਕੇਵਲ ਅਸੀਂ ਆ ਗਲੇ ਤੋਂ ਨਾ ਗਾਈ ਜਾਈਏ ਆ ਮੁੱਖ ਤੋਂ ਨਾ ਪੜੀ ਜਾਈਏ ਹਿਰਦੇ ਚੱਲੇ ਜਾਈਏ ਥੋੜਾ ਵਿਚਾਰੀਏ ਵੀ ਕਿ ਮੇਰਾ ਬਾਪੂ ਮੇਰਾ ਪਰਮੇਸ਼ਵਰ ਮੇਰਾ ਵਾਹਿਗੁਰੂ ਐਡੀ ਅਤੁੱਲ ਐਡੀ ਮਹਿੰਗੀ ਐਡੀ ਅਖੁੱਟ ਬਾਣੀ ਲੈ ਕੇ ਆਇਆ ਮੇਰੇ ਲਈ ਮੈਂ ਵਿਚਾਰ ਤੇ ਲਵਾਂ ਕਿਤੇ ਵਿਚਾਰਾਂਗਾ ਜੀਵਨ ਦੇ ਵਿੱਚ ਅਸਰ ਹੋਏਗਾ ਕਿਤੇ ਵਿਚਾਰਾਂਗਾ ਜੀਵਨ ਦੇ ਵਿੱਚ ਕੋਈ ਚਾਨਣ ਹੋਏਗਾ ਅੰਦਰ ਦੀ ਮੈਲ ਕੱਟੀ ਜਾਏਗੀ ਅੰਦਰ ਦੀ ਅਗਿਆਨਤਾ ਮਿਟੇਗੀ ਤੇ ਫਿਰ ਗੱਲ ਬਣਨੀ ਸ਼ੁਰੂ ਹੋ ਜਾਏਗੀ ਆਓ ਸ਼ਬਦ ਨਾ ਜੁੜਨਾ ਕਰੀ ਸਾਰਿਆਂ ਦਾ ਪਿਓ ਤੂੰ ਸਾਡਾ ਸਾਹਿਬ ਬਾਪ ਹਮਾਰਾ
ਸਨ ਵਿਚਾਰਦਾ ਸੀ ਮੈਨੂੰ ਉਹ ਨਜ਼ਰ ਚੇਤੇ ਆ ਗਈ ਪਾਪ ਮੈਂ ਕਿਹਾ ਸੱਚੇ ਪਾਤਸ਼ਾਹ ਤੇਰੀ ਨਜ਼ਰ ਅਸਲ ਦੇ ਵਿੱਚ ਆ ਜਦੋਂ ਬੱਚੇ ਆਪਣਾ ਆਪਾ ਭਾਵ ਤਿਆਗ ਕੇ ਤੇਰੇ ਚਰਨਾਂ ਦਾ ਆਸਰਾ ਲੈ ਕੇ ਰੱਤਾ ਮੰਤਰ ਵੀ ਤੂੰ ਕਮੰਤਰ ਵੀ ਚੱਲਣ ਦਾ ਕੁਛ ਯਤਨ ਕਰਦੇ ਨੇ ਨਾ ਚੱਲਣ ਦੀ ਕੋਸ਼ਿਸ਼ ਕਰਦੇ ਨੇ ਇੱਕ ਕਦਮ ਵੀ ਅੱਗੇ ਵਧਾਉਂਦੇ ਨੇ ਦੇਖੋ ਮੇਰਾ ਸਾਹਿਬ ਕਿੰਨਾ ਦਿਆਲੂ ਏ ਦੁਨਿਆਵੀ ਪਿਓ ਤੇ ਸ਼ਾਇਦ ਨਹੀਂ ਮਦਦ ਕਰਦਾ ਪਰ ਇਹ ਮਦਦ ਕਰਦਾ ਜੇ ਚਰਨ ਸ਼ਰਨ ਗੁਰ ਇੱਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਸਾਸੀ ਇੱਕ ਕਦਮ ਤੁਸੀਂ ਮਾਨਦਾਰੀ ਵਾਲਾ ਗੁਰੂ ਵੱਲ ਵਧਾਓਗੇ ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਤੁਹਾਨੂੰ ਆਪਣੀ ਜੱਫੀ ਵਿੱਚ ਲੈ ਲਏਗਾ ਉਹ ਆ ਮੇਰੇ ਬੱਚਿਆ ਤੂੰ ਮੇਰੇ ਵੱਲ ਇੱਕ ਕਦਮ ਤੇ ਵਧਾਇਆ ਜੀ ਅਸੀਂ ਏਦਾਂ ਨਹੀਂ ਯਤਨ ਕੀਤਾ ਆਪਣੇ ਸਾਰੇ ਜੀਵਨ ਕਾਲ ਵਿੱਚ ਇੱਕ ਕਦਮ ਵੀ ਮਾਨਦਾਰੀ ਵਾਲਾ ਗੁਰੂ ਵੱਲ ਜੇ ਵਧਾਇਆ ਹੁੰਦਾ ਇਹ ਕਿਵੇਂ ਹੋ ਸਕਦਾ ਗੁਰੂ ਕਰੋੜਾਂ ਕਦਮ ਅੱਗੇ ਲੈ ਕੇ ਆਵੇ ਤੇ ਅਸੀਂ ਅਧਿਆਤਮਿਕ ਤਨ ਦੇ ਉੱਤੇ ਉੱਪਰ ਨਾ ਉੱਠ ਸਕੀਏ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਿਜਾਤ ਨਾ ਪਾ ਸਕੀਏ ਇਹ ਨਹੀਂ ਹੋ ਸਕਦਾ ਗੁਰੂ ਮੇਰਾ ਸਮਰੱਥ ਏ ਇਹ ਵੱਡੇ ਨਹੀਂ ਨੇ ਵਿਕਾਰ ਵੱਡੇ ਨਹੀਂ ਨੇ ਗੁਰੂ ਵੱਡਾ ਏ ਇਹਦਾ ਮਤਲਬ ਅਸੀਂ ਇੱਕ ਕਦਮ ਵੀ ਨਹੀਂ 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 ਵਧਾਇਆ ਅੱਜ ਤੋਂ ਯਤਨ ਕਰਿਓ ਇੱਕ ਕਦਮ ਵਧਾਉਣਾ ਹੈ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ
ਉਸੇ ਦਿਨ ਉੱਤਰ ਚਾਲੇ
ਭਗਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਛਾਂ ਵਿੱਚ ਚਲੇ ਤੇ ਗੁਰੂ ਨੇ ਕੀ ਕੀਤਾ ਸੱਚੇ ਗੁਰੂ ਕੀ ਕਰਦਾ ਜੀ ਆਪਣੇ ਵਰਗਾ ਹੀ ਕਰ ਲੈਂਦਾ ਆਪਣੇ ਵਰਗਾ ਹੀ ਨਿਰਨਕਾਰ ਆਪਣੇ ਵਰਗਾ ਹੀ ਕਰ ਲੈਂਦਾ ਤੇ ਕੋਈ ਮੇਰੇ ਵਰਗਾ ਚਿੱਟੇ ਕੱਪੜਿਆਂ ਵਾਲਾ ਉਹ ਆਪਣੇ ਸਵਾਰਥਾਂ ਦਾ ਉਹਨੂੰ ਸਿਧਾ ਕਰਦਾ ਤੇ ਅੱਜ ਅਸੀਂ ਏਦਾਂ ਆਪਣੇ ਆਪ ਨੂੰ ਲੁਟਾ ਰਹੇ ਸ਼ਬਦ ਗੁਰੂ ਹੈ ਸ਼ਬਦ ਤੋਂ ਵੱਡਾ ਕੋਈ ਨਹੀਂ ਜੇ ਕੋਈ ਜਨ ਹਰ ਸਿਉ ਦੇ ਰਹਿ ਜੋਰ ਕਿਹੜੇ ਚਰਨ ਫੜਨੇ ਨੇ ਜਾਨ ਉੱਤੀ ਚਰਨ ਫੜਨੇ ਨੇ ਆਪਣੀ ਮਤ ਦਾ ਮੱਥਾ ਟੇਕਣਾ ਹੈ ਆ ਮੱਥਾ ਟੇਕ ਕੇ ਅਸੀਂ ਕੀ ਕਹਿੰਦੇ ਹਾਂ ਗੁਰੂ ਸੱਚੇ ਪਾਤਸ਼ਾਹ ਮੇਰੀ ਮਤ ਅੱਜ ਤੋਂ ਬਾਅਦ ਤੂੰ ਆਪਣੇ ਚਰਨਾਂ ਚ ਰੱਖ ਲੈ ਦਸ ਕਰਨ ਨੂੰ ਆਪਣੀ ਮਤ ਦੇਣੇ ਮੱਥਾ ਟੇਕਣ ਤੋਂ ਭਾਵ ਇਹ ਹੁਣ ਚਰਨ ਕਿਹੜੇ ਫੜਨੇ ਨੇ ਅਸੀਂ ਚਰਨ ਫੜਨੇ ਨੇ ਆਪਣੀ ਮਤ ਦਾ ਤਿਆਗ ਕਰਨਾ ਤੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਇਹ ਚਰਨ ਫੜਨੇ ਚਰਨ ਕਹੋ ਸ਼ਬਦ ਦੇ ਚਰਨ ਕਿਹੜੇ ਨੇ ਗਿਆਨ ਰੂਪੀ ਚਰਨ ਫੜਨੇ ਨੇ ਚਰਨ ਕਹੋ ਪਕਾਉ ਸ਼ੁਭ ਰਸਨਾ ਜੋ ਇਹ ਗੁਰਮੁਖ ਜਨ ਕਹਿ ਰਹੇ ਨੇ ਬਾਣੀ ਦੇ ਅੰਦਰ ਬੈਠੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਗਤ ਜਨ ਬੈਠੇ ਨੇ ਕਬੀਰ ਬੈਠੇ ਨੇ ਭਗਤ ਨਾਮਦੇਵ ਬੈਠੇ ਨੇ ਭਗਤ ਜੈਦੇਵ ਬੈਠੇ ਨੇ ਇਹਨਾਂ ਦੇ ਮੁਖਾਰ ਬਿੰਦ ਤੋਂ ਜੋ ਗਿਆਨ ਪ੍ਰਗਟ ਹੋ ਰਿਹਾ ਉਹਨੂੰ ਹਾਸਲ ਕਰਨਾ ਉਹਨੂੰ ਗ੍ਰਹਿਣ ਕਰਨਾ ਜੀਵਨ ਵਿੱਚ ਆਹ ਚਰਨ ਫੜਨੇ ਨੇ ਭਗਵੰਤ ਸ਼ਬ ਰਸਨਾ ਆਹ ਗਿਆਨ ਲੈਣਾ ਹੁਣ ਆਪਣੀ ਮੱਤ ਜਿਹੜੀ ਬੋਲਦੀ ਅੰਦਰੋਂ ਬੋਲਦੀ ਹੈ ਸਾਡੀ ਮੱਤ ਇਹ ਕਿੱਦਾਂ ਆ ਕਿਵੇਂ ਇਹ ਕਿਉਂ ਇਹਨੂੰ ਚੁੱਪ ਕਰਾਉਣਾ ਤੇ ਕੇਵਲ ਤੇ ਕੇਵਲ ਉਹਨੂੰ ਲੈਣਾ ਜੋ ਆ ਰਿਹਾ ਭਗਵੰਤ ਸ਼ਬ ਰਸਨਾ ਤੇ ਕੀ ਕਰਨਾ ਟੀਚਾ ਪ੍ਰਾਣ ਅਕੋਰ ਆਪਣੀ ਮੈਂ ਮੇਰੀ ਪਿਆਰ ਕੇ ਗੁਰੂ ਨੂੰ ਆਪਣਾ ਸਮਰਥਨ ਵਾਲਾ ਭਾਵ ਦੇ ਦੇਣਾ ਇੱਕ ਸਸਿਓ ਚਿਤਨਾ ਫਿਰ ਕੀ ਕਿਹਾ ਇੱਕ ਸਬਿਨ ਸਭ ਧਨ ਤੁਸੀਂ ਬਦਲ ਗਏ ਤੇ ਜੇ ਮੱਖਣ ਸ਼ਾਹ ਲਵਾਣਾ ਸਿਆਣਾ ਸੀ ਗੁਰੂ ਦਾ ਸਿੱਖ ਸੀ ਗੁਰੂ ਨੂੰ ਪਿਆਰ ਕਰਦਾ ਸੀ ਤੇ ਤੁਸੀਂ ਵੀ ਤੇ ਕਰਦੇ ਹੋ ਗੁਰੂ ਨੂੰ ਪਿਆਰ ਤੁਸੀਂ ਵੀ ਸਿਆਣੇ ਬਣ ਕੇ ਗੁਰੂ ਦਾ ਸ਼ਬਦ ਦਾ ਪੱਲਾ ਫੜ ਲਓ ਤੇ ਫਿਰ ਇਹ ਜਿੰਨੇ ਵੀ ਇਹ ਠੱਗ ਬੈਠੇ ਨੇ ਸਾਰੇ ਦੌੜ ਜਾਣਗੇ ਆਪੇ ਭੱਜ ਜਾਣਗੇ ਸਪਨਾ ਘੜੀ
ਚਿੱਤ ਸੱਚੇ ਨਾਲ ਪਿਆ Ah!
ਜੇ ਹੈ ਨਾ ਇਹਨੂੰ ਸਾਂਭ ਲਿਓ ਕਿਉਂਕਿ ਗੁਰੂ ਜਿਨ੍ਹਾਂ ਤੇ ਤਰੁੱਠਦਾ ਹੈ ਨਾ ਉਹਨਾਂ ਨੂੰ ਇਦਾਂ ਕਹਿੰਦਾ ਹਰ ਕਿਸੇ ਨੂੰ ਤੇ ਇਹ ਗੱਲ ਕਹੀ ਵੀ ਨਹੀਂ ਜਾ ਸਕਦੀ ਜਿਨ੍ਹਾਂ ਤੇ ਗੁਰੂ ਬਹੁਤ ਪ੍ਰਸੰਨ ਹੁੰਦਾ ਉਹਨਾਂ ਨੂੰ ਕਹਿੰਦਾ ਓਏ ਸਾਂਭ ਲੈ ਮੈਂ ਤੈਨੂੰ ਦੇਣਾ ਚਾਹੁੰਦਾ ਖੁਸ਼ੀਆਂ ਤੂੰ ਝੋਲੀ ਤੇ ਕਰ ਤੂੰ ਭਾਂਡਾ ਤੇ ਸਿੱਧਾ ਕਰ ਮੈਂ ਭਾਵਾਂ ਉਹਦੇ ਵਿੱਚ ਅੰਮ੍ਰਿਤ ਨਾ ਹੋਵਾਂ ਗੁਰੂ ਕਿਰਪਾ ਕਰੇ ਮੇਰਾ ਚਿੱਤ ਕਰਦਾ ਮੈਂ ਮੈਨੂੰ ਨਾ ਇੱਕ ਸ਼ਬਦ ਦੀ ਇਜਾਜ਼ਤ ਦੇ ਦਿਓ ਪੰਜ ਮਿੰਟ ਦੇ ਵਿੱਚ ਪੜ੍ਹਨਾ ਕਿਉਂਕਿ ਅੱਜ ਦੇ ਵਿਸ਼ੇ ਦੇ ਬਰਾਬਰ ਪਤਾ ਮੇਰਾ ਬੜਾ ਚਿਰਾਂ ਬਾਅਦ ਪੜ੍ਹਨਾ ਤੇ ਮੈਨੂੰ ਤੁਸੀਂ ਕਿਰਪਾ ਕਰਿਓ ਪੰਜ ਕੁ ਮਿੰਟ ਤੁਸੀਂ ਹੋਰ ਪੈਨ ਤੋਂ ਬਣਾ ਕੇ ਲੈਣਾ ਵੈਸੇ ਤੇ ਮੈਂ ਬੱਚੇ ਤੋਂ ਵੀ ਇੱਕ ਸ਼ਬਦ ਪੜ੍ਹਾਉਣਾ ਚਾਹੁੰਦਾ ਸੀ ਬੜਾ ਪਿਆਰਾ ਕੀਰਤਨ ਨਹੀਂ ਮੈਂ ਅੱਧਾ ਘੰਟਾ ਉਹ ਨਹੀਂ ਲੈ ਸਕਦਾ ਕਿਉਂਕਿ ਮੈਨੂੰ ਪਤਾ ਸਮੇਂ ਦੀ ਕੀਮਤ ਦਾ ਸਮੇਂ ਵਿੱਚ ਰਹਿਣਾ ਜ਼ਰੂਰੀ ਹੈ ਭਾਈ ਸਾਹਿਬ ਉਹਨਾਂ ਨੇ ਵੀ ਕਿਤੇ ਜਾਣਾ ਹੋ ਸਕਦਾ ਹੈ ਪਰ ਕੋਈ ਨਹੀਂ ਆਓ ਗੁਰੂ ਬਖਸ਼ਿਸ਼ ਕਰ ਰਿਹਾ ਆਓ ਛੋਟਾ ਜਿਹਾ ਸ਼ਬਦ ਪੜ੍ਹੀਏ ਫਿਰ ਸਮਾਪਤ ਕੀਤਾ ਨਸ ਬਣ ਜਾ I'm
ਜਿਹੜਾ ਘਰ ਸਾਨੂੰ ਮਿਲਿਆ ਨਾ ਸਰੀਰ ਰੂਪੀ ਘਰ ਇਸ ਦੇ ਅੰਦਰ ਵੀ ਕਰਤਾ ਬੈਠਾ ਸਾਨੂੰ ਦਿਸ ਪਵੇ ਕਿਉਂਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧਨਾ ਹੈ ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਨ ਦਾ ਭਰਨ ਭੁਲਾਇਆ ਅਸੀਂ ਬਾਹਰ ਲੱਭਦੇ ਹਾਂ ਅੰਦਰ ਹੀ ਤੇ ਹੈ ਵਾਹਿਗੁਰੂ ਬਾਹਰ ਕਿਧਰੇ ਨਹੀਂ ਹੈ ਅੰਦਰ ਹੈ ਜਿਸਨੇ ਅੰਦਰ ਪਾ ਲਿਆ ਫਿਰ ਉਹਨੂੰ ਬਾਹਰ ਦੀ ਭਟਕ ਕੰਮ ਉੱਠ ਜਾਂਦੀ ਹੈ ਗੁਰੂ ਕਿਰਪਾ ਕਰੇ ਅੰਦਰ ਉਤਰਨ ਦਾ ਯਤਨ ਕਰੀਏ ਬਾਹਰਲੇ ਇੱਟਾਂ ਬਜਰੀ ਰੇਤੇ ਸੀਮਟ ਨਾਲ ਬਣੇ ਮਕਾਨ ਦੀ ਇਹ ਗੱਲ ਨਹੀਂ ਹੈ ਕੇਵਲ ਉਹ ਗੱਲ ਵੱਖਰੀ ਹੈ ਕਿ ਅੱਜ ਦੀ ਇਸ ਸਮੇਂ ਦੇ ਅਨੁਸਾਰ ਇਹ ਸ਼ਬਦ ਪੜਿਆ ਹੈ ਪਰ ਇਹ ਗੱਲ ਅੰਦਰ ਦੀ ਹੈ ਤੇ ਅੰਦਰ ਅਸੀਂ ਬੈਠੇ ਵਾਹਿਗੁਰੂ ਨੂੰ ਦੇਖਣਾ ਹੈ ਤੇ ਅੰਦਰ ਹੀ ਵਿਕਾਰਾਂ ਨੂੰ ਕਹਿਣਾ ਹੈ ਹੁਣ ਤੁਸੀਂ ਚਲੇ ਜਾਓ ਇਸ ਘਰ ਨੂੰ ਛੱਡ ਕੇ ਕਿਉਂਕਿ ਅੰਦਰ ਵਾਹਿਗੁਰੂ ਮੈਨੂੰ ਬੈਠਾ ਦਿਸ ਪਿਆ ਏ ਜਿੱਥੇ ਵਾਹਿਗੁਰੂ ਹੋਵੇ ਉੱਥੇ ਫਿਰ ਇਹਨਾਂ ਵਿਕਾਰਾਂ ਦੀ ਕੋਈ ਜਗ੍ਹਾ ਨਹੀਂ ਹੈ ਇਸ ਕਰਕੇ ਸ਼ਬਦਾਂ ਭਾਵ ਬੜਾ ਡੂੰਘਾ ਹੈ ਗੁਰੂ ਕਿਰਪਾ ਕਰੇ ਆਸ ਕਰਦਾ ਤੁਸੀਂ ਮੇਰੀਆਂ ਭੁੱਲਾਂ ਨਹੀਂ ਚਿਤਾ ਲਓਗੇ ਜਿੱਥੇ ਪਰਿਵਾਰ ਨੂੰ ਬਹੁਤ ਸਾਰੀ ਵਧਾਈ ਹੈ ਸਤਿਗੁਰੂ ਮਿਹਰ ਕਰਨ ਇਹ ਵਧਾਈ ਕੇਵਲ ਤੇ ਕੇਵਲ ਰਸਨਾ ਤੱਕ ਨਾ ਰਵੇ ਹਿਰਦੇ ਵਿੱਚ ਉਤਰ ਜਾਏ ਗੁਰੂ ਦਾ ਸ਼ੁਕਰਾਨਾ ਅਸੀਂ ਹਰ ਦਿਨ ਹਰ ਸਵੇਰ ਹਰ ਸਾਹ ਦੇ ਨਾਲ ਕਰਦੇ ਰਹੀਏ ਤਾਂ ਕਿ ਗੁਰੂ ਫਿਰ ਹੋਰ ਤੁਰ ਫੁੱਟ ਕੇ ਸਾਨੂੰ ਦਾਤਾਂ ਦਿੰਦਾ ਰਵੇ ਤੇ ਅਸੀਂ ਮਾਣ ਸਕੀਏ।